दो साल के थे कैप्टन नु दो साल हो गए पट्टी ਅਠਾਈ ਤਰੀਕ ਦੀ ਸ਼ਾਮ ਨੂੰ ਪੁੱਛੋ ਮੇਰੀ ਬੇਟੀ ਦਾ ਡਿਲੀਵਰੀ ਕੇਸ ਹੋਣਾ ਸੀ ਅਸੀਂ ਇੱਥੋਂ ਬੁਢਾਡੇ ਲੈ ਗਏ ਕਿ ਪ੍ਰਬੰਧ ਹੈਗਾ ਜਦੋਂ ਅਸੀਂ ਉੱਥੇ ਗਏ ਕਹਿੰਦੇ ਦੋ ਡਾਕਟਰ ਨੇ ਛੁੱਟੀ ਤੇ ਨੇ ਕਹਿੰਦੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਉਹਨਾਂ ਨੇ ਰੈਫਰ ਕਰਤਾ ਸੀ ਮਾਨਸਾ ਦੇ ਵਿੱਚ ਮਾਨਸਾ ਜਾ ਕਹਿੰਦੇ ਮੇਰੇ ਕੋਲ ਕੋਈ ਡਾਕਟਰ ਹੀ ਨਹੀਂ ਜੀ ਕਿੰਨੇ ਘੰਟੇ ਤੋਂ ਬੁਲਾਈ ਰੱਖਿਆ ਦਾਖਲ ਕਰ ਉੱਥੇ ਸਕਿਉਰਿਟੀ ਗਾਰਡ ਸੀ ਕੋਈ ਸੀਮੋ ਨਹੀਂ ਆਇਆ ਉੱਥੇ ਕੋਈ ਡਾਕਟਰ ਨਹੀਂ ਆਇਆ ਉਹਦੇ ਬਾਰੇ ਤੁਸੀਂ ਕਲੱਬ ਚ ਵੀ ਨਹੀਂ ਬੋਲ ਰਹੇ ਮੈਨੂੰ ਪਤਾ ਨਹੀਂ ਨਾ ਕਿ ਮੈਂ ਪੇਸ਼ੀਆਂ ਰਹਿਣੀਆਂ ਨਹੀਂ ਡਾਕਟਰ ਇੱਕ ਵੀ ਇਹ ਸਹੂਲਤਾਂ ਦਾ ਕੀ ਹਾਲ ਹੈ ਕੌਣ ਮੇਰੇ ਜੀ ਆ ਕੀ ਹਾਲ ਹੈ ਰਿਸ਼ਤੇ ਦੇ ਆਪਣੇ ਪਿੰਡ ਦਾ ਕੋਈ ਇਹ ਸਮੇਂ ਤੇ ਖੜਤਾ ਜਾ ਇੱਕ ਮਿੰਟ ਮੈਨੂੰ ਇੱਥੇ ਮੈਨੂੰ ਹਸਪਤਾਲ ਦਾ ਕੀ ਬਤਾਓ ਰਹੇ ਤੁਸੀਂ ਨਾਲ ਵੀ ਨਹੀਂ ਹੈਗੇ ਸੀ ਕਮਾਨ ਵਾਲੀ ਕੀ ਗੱਲ ਹੈ ਯਾਰ ਇਹਦੇ ਚਾਹ ਜਵਾਬ ਦਾ ਬਣਾ ਦੋ ਯਾਰ ਫਿਰ ਲੋੜੀ ਨਹੀਂ ਪੈਂਦੀ।